ਵਿਕੂ ਰਾਜਨਪੁਰੇ ਚ ਵੱਡਾ ਝਟਕਾ ਸਾਬਕ ਡਿਪਟੀ ਸਪੀਕਰ ਪੰਜਾਬ ਅਸੈਂਬਲੀ ਸ਼ੇਰ ਅਲੀ ਗੋਰਚਾਨੀ ਹਫੀਜ਼ੁਰ ਰਹਿਮਾਨ ਦ੍ਰਿਸ਼ਕ ਸਮੇਤ ਤਮਾਮ ਉਮੀਦਵਾਰਾਂ ਟਿਕਟ ਵਾਪਸ ਕਰ ਲਿਤੇ ਸਾਥੀਆਂ ਸਮੇਤ ਆਜ਼ਾਦ ਹੈਸੀਅਤ ਚ ਇਲੈਕਸ਼ਨ ਲੜਨ ਦਾ ਐਲਾਨ ਟਿਕਟ ਨਾ ਮਿਲਣ ਤੇ ਸਰਦਾਰ ਮਹਿਤਾਬ ਅਬਾਸੀ ਵੀ ਨਾਰਾਜ਼ ਸਾਬਕ ਵਿਫਾਕੀ ਵਜ਼ੀਰ ਜ਼ਾਹਿਦ ਹਾਮਿਦ ਕੋ ਪੁੱਤਰ ਦਾ ਇੰਤਖਾਬੀ ਨਿਸ਼ਾਨ ਗਿਣਨ ਸੰਗੇ ਕਚਹਿਰੀ ਵੰਜਣ ਮਹਾਂਗਾ ਪੈ ਗਿਆ ਟਿਕਟ ਤੋਂ ਮਹਿਰੂਮ ਰਹਿਣ ਵਾਲੇ ਸਾਬਕ ਲੀਗੀ ਐਮਪੀਏ ਰਾਣਾ ਲਿਆਕਤ ਦੇ ਹਾਮੀਆਂ ਗਾੜੀ ਦਾ ਗਹਿਰਾ ਉਕਰ ਗਿਦਾ ਸਖਤ ਨਾਅਰੇਬਾਜ਼ੀ ਕੀਤੀ ਤੇ ਪੱਥਰ ਵਸੈ ਖੈਰਪੁਰੇ ਚ ਵੋਟਰਸ ਨਵਾਬ ਬਸਾਨ ਤੇ ਜਾਵੇਦ ਅਲੀ ਜੇਲਾਨੀ ਕੋ ਆੜੇ ਹੱਥਾਂ ਗਿਣ ਗਿਦਾ ਪੀਆਈਏ ਕੋ 280 ਅਰਬ ਦਾ ਨੁਕਸਾਨ ਥਿਆ ਵਜਾ ਤੋਂ ਜ਼ਿੰਮੇਦਾਰਾਂ ਦਾ ਤਾਇਨ ਕਰਨਾ ਹੈ ਚੀਫ ਜਸਟਿਸ ਸਾਕਿਬ ਨਿਸਾਰ 10 ਹਫ਼ਤਿਆਂ 'ਚ ਪੀਆਈਏ ਦਾ ਆਡਿਟ ਕਰਵਾਉਣ ਤੇ ਜਹਾਜ਼ਾਂ ਤੇ ਮਾਰ ਖੋਰ ਦੀ ਤਸਵੀਰ ਨਾ ਲਾਉਣ ਦਾ ਹੁਕਮ ਮਹਿਤਾਬ ਅਬਾਸੀ ਦੀ ਦਰਖਾਸਤ ਤੇ ਆਡਿਟ ਦਾ ਤਰੀਕਾਕਾਰ 'ਚ ਤਬਦੀਲੀ ਦੀ ਇਜਾਜ਼ਤ ਦੇ ਦਿੱਤੀ ਸੀਈਓ ਮੁਸ਼ਰਫ ਰਸੂਲ ਦੀ ਤਾਇਨਾਤੀ ਦਾ ਮਾਮਲਾ ਕਾਬੀਨਾ ਡਿਵੀਜ਼ਨ ਭਿਜਵਾ ਦਿੱਤਾ